ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ 'ਤੇ। ਮੇਰੇ ਨਾਲ ਬੈਠੇ ਨੇ ਜਾਣੇ ਮਾਣੇ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ। ਅਸੀਂ ਗੱਲਬਾਤ ਕਰਾਂਗੇ ਜਿਹੜਾ ਹੇਮਕੁੰਡ ਦੇ ਨਾਲ ਸੰਬੰਧਿਤ ਕਾਫੀ ਚਰਚਾ ਛਿੜੀ ਹੋਈ ਹੈ। ਰੋਪਵੇ ਮੋਦੀ ਸਾਹਿਬ ਨੇ ਜਿਹੜਾ ਉਦਘਾਟਨ ਕੀਤਾ ਆ, ਅਤੇ ਵੱਡੇ ਵੱਡੇ ਜਥੇਦਾਰਾਂ ਦੇ ਵੀ ਬਿਆਨ ਆ ਚੁੱਕੇ ਨੇ, ਉਹਨਾਂ ਨੇ ਵਧਾਈ ਦਿੱਤੀ, ਉਹਦੀ ਸ਼ਲਾਘਾ ਕੀਤੀ, ਉਹਦਾ ਸਵਾਗਤ ਵੀ ਕੀਤਾ ਮੋਦੀ ਸਾਹਿਬ ਦੇ ਇਸ ਫੈਸਲੇ ਦਾ। ਲੇਕਿਨ ਇਹਦਾ ਇੱਕ ਪੱਖ, ਦੂਸਰਾ ਪੱਖ ਵੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਇਤਿਹਾਸ ਨੂੰ ਜਾਣਦੇ ਨੇ ਜਾਂ ਕਈ ਚੀਜ਼ਾਂ ਪੜ੍ਹਦੇ ਨੇ, ਉਹਨਾਂ ਦਾ ਇਹ ਮੰਨਣਾ ਕਿ ਹੇਮਕੁੰਟ ਸਾਹਿਬ ਜਿਹੜਾ ਆ ਜਾਂ ਹੇਮਕੁੰਟ ਆ, ਉਹਦਾ ਸਿੱਖਾਂ ਦੇ ਨਾਲ, ਸਿੱਖ ਫਿਲੋਸਫੀ ਨਾਲ, ਸਿੱਖ ਹਿਸਟਰੀ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਸੋ ਇਹ ਇੱਕ ਗੱਲ ਆਪਣੇ ਆਪ ਦੇ ਵਿੱਚ ਹੀ ਬੜੀ ਵੱਡੀ ਹੈ, ਕਿਉਂਕਿ ਬੜੀ ਵੱਡੀ ਗਿਣਤੀ ਦੇ ਵਿੱਚ ਹਰ ਸਾਲ ਸਿੱਖ ਉੱਧਰ ਯਾਤਰਾ ਕਰਨ ਜਾਂਦੇ ਨੇ। ਸੋ ਇਹ ਸਵਾਲ ਬਣਦਾ, ਸਵਾਲ ਵੀ ਅਹਿਮ ਬਣਦਾ ਵੀ ਇੰਨੇ ਸਾਰੇ ਸਿੱਖਾਂ ਨੂੰ ਕੀ ਪਤਾ ਹੀ ਨਹੀਂ ਇਤਿਹਾਸ ਬਾਰੇ ਜਾਂ ਕੀ ਸਿਸਟਮ ਚੱਲ ਰਿਹਾ, ਉਹਦੀ ਜਾਣਕਾਰੀ ਅਸੀਂ ਡਾਕਟਰ ਢਿੱਲੋਂ ਸਾਹਿਬ ਤੋਂ ਲੈਂਦੇ ਹਾਂ। ਸਰ, ਤੁਸੀਂ ਜਿਹੜਾ ਵਿਸ਼ਾ ਆਪਣਾ ਚੱਲ ਰਿਹਾ ਹੇਮਕੁੰਟ ਦਾ, ਜਿਹੜਾ ਰੋਪਵੇ, ਅਤੇ ਇੱਕ ਤਾਂ ਚਲੋ ਇਹ ਪੱਖ ਆ ਗਿਆ ਵੀ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਆ ਵੀ ਹੈ ਨਾ, ਸਾਨੂੰ ਕੋਈ ਸੁੱਖ ਸਹੂਲਤਾਂ ਮਿਲ ਗਈਆਂ, ਲੇਕਿਨ ਦੂਸਰਾ ਪੱਖ ਇਹ ਆ ਕਿ ਜਿਵੇਂ ਤੁਸੀਂ ਵੀ ਬਚਿੱਤਰ ਨਾਟਕ ਦੇ ਖਿਲਾਫ਼ ਕਾਫ਼ੀ ਬੋਲਦੇ ਰਹੇ ਹੋ, ਤਾਂ ਹੁਣ ਤੁਹਾਡਾ ਕੀ ਮੰਨਣਾ ਵੀ ਮੋਦੀ ਸਾਹਿਬ ਨੇ ਕਰਕੇ ਕੋਈ ਸਿੱਖਾਂ ਦੀ ਵੋਟ ਬੈਂਕ ਲਈ ਜਾਂ ਕੀ ਚੱਕਰ ਹੋ ਸਕਦਾ? ਦੇਖੋ, ਇਹ ਬੜੀ ਕਲੈਵਰ ਅਤੇ ਸਟਲ ਮੂਵ ਆ RSS ਆਈਡੀਓਲੋਜੀ ਦੀ, ਜਿਹਨੂੰ ਪ੍ਰੋਜੈਕਟ ਕਰ ਰਹੇ ਆ ਵਿਦ ਫੁੱਲ ਫੋਰਸ ਜੀ ਜਿਹੜੇ ਮੋਦੀ ਸਾਹਿਬ ਆ ਬਤੌਰ ਪ੍ਰਾਈਮ ਮਿਨਿਸਟਰ। ਠੀਕ ਹੈ, ਉਹਨਾਂ ਨੇ ਜਿਹੜਾ 1200 ਕਰੋੜ ਰੁਪਇਆ ਰੋਪਵੇ ਦਿੱਤਾ ਹੇਮਕੁੰਟ ਨੂੰ ਪਹੁੰਚਣ ਦੇ ਲਈ ਤਾਂ ਕਿ ਫੈਸਿਲੀਟੇਟ ਕੀਤਾ ਜਾਵੇ, ਉਹ ਕੀ ਆ? ਉਹ ਇੱਕ ਐਸੀ ਖਤਰਨਾਕ ਚਾਲ ਆ ਜਿਸ ਦੇ ਨਾਲ ਇੱਕ ਉਹਦੇ ਪਿੱਛੇ ਗੱਲ ਛਿਪੀ ਹੋਈ ਆ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਸਿੱਖਾਂ ਨੂੰ ਦਰਬਾਰ ਸਾਹਿਬ ਕੰਨਿਓ ਮੂੰਹ ਮੋੜ ਦਈਏ ਉਹਨਾਂ ਦਾ। ਅੱਛਾ, ਸਿੱਖਾਂ ਦੇ, ਸਿੱਖੀ ਦੇ ਦੋ ਸਰੋਤ ਆ ਜੀ, ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ, ਇੱਕ ਹੈ ਦਰਬਾਰ ਸਾਹਿਬ ਜੀ। ਦਰਬਾਰ ਸਾਹਿਬ ਫਾਊਂਟੇਨ ਆ ਜੀ ਸਿੱਖੀ ਦਾ, ਜਿੱਥੋਂ ਸਿੱਖੀ ਉੱਭਰਦੀ ਆ, ਜਿੱਥੇ ਜਿਹਦਾ ਬਹੁਤ ਬੜਾ ਇਤਿਹਾਸ ਆ ਦਰਬਾਰ ਸਾਹਿਬ ਜੀ ਜੀ ਜੀ, ਜਿੱਥੇ ਬੜੀਆਂ ਲੜਾਈਆਂ ਹੋਈਆਂ ਜੀ, ਬੜਾ ਖੂਨ ਖਰਾਬਾ ਹੋਇਆ। ਸਿੱਖਾਂ ਨੇ ਆਪਣਾ ਕਲੇਮ ਜਿਹੜਾ ਉਹਨਾਂ ਦਾ ਸਪਿਰਚੁਅਲ ਕਲੇਮ ਆ ਜੀ, ਉਹ ਉਸ ਤੋਂ ਛੱਡਿਆ ਨਹੀਂ, ਔਰ ਉਸ ਦੇ ਲਈ ਬਹੁਤ ਬੜੀਆਂ ਉਹਨਾਂ ਨੇ ਮਤਲਬ ਸ਼ਹਾਦਤਾਂ ਦਿੱਤੀਆਂ ਜੀ ਜੀ। ਦਰਬਾਰ ਸਾਹਿਬ ਦੇ ਜ਼ਰੇ ਜ਼ਰੇ ਦੇ ਵਿੱਚ ਸਿੱਖ ਸ਼ਹੀਦਾਂ ਦਾ ਜਿਹੜਾ ਖੂਨ ਆ ਉਹ ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਹਾਂਜੀ ਹਾਂਜੀ, ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਮਤਲਬ ਜੇ ਤੁਸੀਂ ਸੈਂਕੜਿਆਂ ਨੂੰ ਕਹੋ, ਤੁਹਾਨੂੰ ਲੋਕੀ ਬਹੁਤ ਥੋੜ੍ਹੇ, ਬਿਲਕੁਲ ਹਜ਼ਾਰਾਂ ਦੇ ਵਿੱਚ, ਔਰ ਇੱਕ ਵਾਰੀ ਨਹੀਂ ਹੋਇਆ। 1984 ਦਾ ਜਿਹੜਾ ਬਲੂ ਸਟਾਰ ਅਟੈਕ ਆ ਜੀ, ਉਹ ਫਿਜ਼ੀਕਲ ਅਟੈਕ ਆ। ਅੱਜ ਜਿਹੜਾ ਮੋਦੀ ਸਾਹਿਬ ਨੇ ਕੀਤਾ, ਇਹ ਸਿਧਾਂਤਿਕ ਅਟੈਕ ਆ, ਇਹ ਬਹੁਤ ਖਤਰਨਾਕ ਅਟੈਕ ਆ ਜੀ, ਔਰ ਇਸ ਦੀ ਬੜੀ ਸਟਿਲਿਟੀ ਆ ਜੀ, ਸਟਲ ਹੈ, ਔਰ ਇਹ ਬਹੁਤ ਬੜਾ ਡੈਮੇਜਿੰਗ ਆ। ਮੈਂ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਮੋਦੀ ਸਾਹਿਬ ਨੂੰ ਜਾਂ ਉਹਨਾਂ ਦੇ ਜਿਹੜੇ ਕਾਰਨਕੁਨ ਆ ਜੀ, ਕਿ ਇਹਦੇ ਵਿੱਚੋਂ 100ਵਾਂ ਹਿੱਸਾ ਵੀ ਦਰਬਾਰ ਸਾਹਿਬ ਦੀ ਜਿਹੜੀ ਆਲਾ ਦੁਆਲਾ ਜਿੱਥੇ ਬਹੁਤ ਸਾਰੀ ਚੀਜ਼ਾਂ ਗੰਦਗੀ ਪਈ ਹੋਈ ਆ, ਰਸਤੇ ਸਾਫ਼ ਨਹੀਂ, ਰਸਤੇ ਹੈ ਨਹੀਂ, ਪਾਰਕਿੰਗ ਦੀ ਜਗ੍ਹਾ ਨਹੀਂ ਹੈ ਜੀ ਜੀ, ਤਾਂ ਉਹਨਾਂ ਜਗ੍ਹਾ 'ਤੇ ਨਹੀਂ ਲਾਏ ਜਾ ਸਕਦੇ ਸੀ? ਜਾਂ ਉੱਥੋਂ ਵੀ ਬੜੀ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜਾ ਬੱਸ ਸਟੈਂਡ ਆ ਉਸ ਤੋਂ ਉੱਪਰੋਂ ਬਣਾ ਕੇ ਮਤਲਬ ਰਸਤਾ ਕੱਢਿਆ ਜਾਵੇ, ਤਾਂ ਕਿ ਸਿੱਧੇ ਬੱਸ ਸਟੈਂਡ ਤੋਂ ਮਤਲਬ ਉਹਦਾ ਓਵਰ ਬ੍ਰਿਜ ਬਣਾ ਕੇ ਸਿੱਧਾ ਤੁਸੀਂ ਦਰਬਾਰ ਸਾਹਿਬ 'ਤੇ ਉਤਰ ਜਾਓ ਜੀ। ਇੱਧਰ ਤਾਂ ਮੋਦੀ ਸਾਹਿਬ ਦਾ ਧਿਆਨ ਗਿਆ ਨਹੀਂ। ਕਿਉਂ ਨਹੀਂ ਗਿਆ? ਕਿਉਂਕਿ ਉਹਦੇ ਵਿੱਚ ਸਿੱਖੀ ਦਾ ਉਹ ਸਰੋਤ ਆ, ਸਿੱਖੀ ਉੱਥੋਂ, ਸਿੱਖੀ ਦਾ ਧੁਰਾ, ਸਿੱਖੀ ਦੀ ਜਿਹੜੀ ਵਿਚਾਰਧਾਰਾ ਉੱਥੋਂ ਪ੍ਰਫੁੱਲਿਤ ਹੁੰਦੀ ਹੈ, ਔਰ ਉਸ ਦਾ ਇੱਕ ਬਹੁਤ ਹੀ ਖੂਬਸੂਰਤ ਇਤਿਹਾਸ ਆ ਜਿਸ ਨੂੰ ਸਿੱਖਾਂ ਨੇ ਬਰਕਰਾਰ ਰੱਖਿਆ ਜੀ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਮੋਦੀ ਸਾਹਿਬ ਉੱਥੋਂ ਸਿੱਖਾਂ ਨੂੰ, ਸਿੱਖਾਂ ਦੀ ਅਟੈਨਸ਼ਨ ਡਾਇਵਰਟ ਕਰਨਾ ਚਾਹੁੰਦੇ ਆ, ਇੱਕ ਬਹੁਤ ਵੱਡੀ ਘਾਤਕ ਗੱਲ ਆ, ਇਹ ਨਵੀਂ ਗੱਲ ਨਹੀਂ। ਪਰ ਇਸ ਤੋਂ ਪਹਿਲਾਂ ਸੁਣੋ, ਇਸ ਤੋਂ ਪਹਿਲਾਂ ਵੀ ਮਦਨ ਮੋਹਨ ਮਾਲਵੀਆ ਦਾ ਆਪਣੇ ਨਾਮ ਸੁਣਿਆ ਹੀ ਹੋਣਾ ਜੀ ਜੀ, ਚੰਗੀ ਹਿੰਦੂ ਮਹਾਸਭਾ ਦੇ ਫਾਊਂਡਰ ਸੀਗੇ ਉਹ ਜੀ, ਔਰ ਉਹ ਕਾਂਗਰਸ ਦੇ ਵੀ ਬਹੁਤ ਵੱਡੇ ਲੀਡਰ ਸੀ ਜੀ। 1905 ਦੇ ਵਿੱਚ ਉਹ ਪੰਜਾਬ ਦੇ ਵਿੱਚ ਆਏ, ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਜੀ ਜੀ ਜੀ, ਤਾਂ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਵਿੱਚ ਗਏ। ਦਰਬਾਰ ਸਾਹਿਬ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਿੱਖਾਂ ਨੂੰ ਬਹੁਤ ਵੱਡੀ ਸਪਿਰਚੁਅਲ ਅਤੇ ਮੋਰਲ ਸਪੋਰਟ ਦਿੰਦਾ, ਸਟਰੈਂਥ ਦਿੰਦਾ ਜੀ ਜੀ ਜੀ, ਜਿਹੜੇ ਵੀ ਸਿੱਖ ਆਉਂਦੇ ਆ ਉਹਨਾਂ ਦੀ ਮਾਨਸਿਕਤਾ 'ਤੇ ਬਹੁਤ ਹੀ ਖੂਬਸੂਰਤ ਅਸਰ ਕਰਦਾ ਜੀ ਜੀ ਜੀ। ਤਾਂ ਉਹਨਾਂ ਨੇ ਕਿਹਾ ਵੀ ਇਸ ਦੇ ਮੁਕਾਬਲੇ ਦਾ ਉਸੇ ਵੇਲੇ ਸੋਚ ਕੇ ਮਦਨ ਮੋਹਨ ਮਾਲਵੀਆ ਨੇ ਦੁਰਗਿਆਣਾ ਮੰਦਿਰ ਦੀ ਨੀਂਹ ਰੱਖ ਦਿੱਤੀ। ਠੀਕ ਹੈ, ਔਰ ਦੁਰਗਿਆਣਾ ਮੰਦਿਰ ਦਾ ਜਿਹੜਾ ਨਕਸ਼ਾ ਹੈ
ਜਿਹੜੀ ਉਹਦੀ ਆਰਕੀਟੈਕਚਰ ਹੈ ਐਗਜੈਕਟਲੀ ਉਹੀ ਹੈ ਜੋ ਦਰਬਾਰ ਸਾਹਿਬ ਦੀ ਹੈ। ਦਰਬਾਰ ਸਾਹਿਬ ਦਾ ਜਿਹੜਾ ਨਕਸ਼ਾ ਜਾਂ ਆਰਕੀਟੈਕਚਰ ਹੈ ਉਸ ਦੇ ਵਿੱਚੋਂ ਸਿੱਖ ਸਿਧਾਂਤ ਨਿਕਲਦੇ ਆ, ਚਾਰੇ ਪਾਸੇ ਚਾਰੇ ਦਰਵਾਜ਼ੇ, ਸਭ ਚਾਰੇ ਵਰਨਾਂ ਨੂੰ ਓਪਨ ਹੈਗਾ ਜੀ ਜੀ। ਤਾਂ ਉਸ 'ਤੇ ਹਰ ਮਤਲਬ ਚੀਜ਼ ਆ ਜਿਹੜੀ ਉਹਦਾ ਉਹਦੇ ਪਿੱਛੇ ਇੱਕ ਆਈਡੀਓਲੋਜੀਕਲ ਬੈਕਗਰਾਊਂਡ ਹੈ, ਉਸੇ ਸ਼੍ਰੀ ਅਕਾਲ ਤਖਤ ਸਾਹਿਬ ਹੈਗਾ ਮਤਲਬ ਉਸਦੇ ਸਾਹਮਣੇ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਅੱਖੋਂ ਪਰੋਖੇ ਕਰਕੇ ਇੱਕ ਇੱਕ ਕਿਸਮ ਦਾ ਮਤਲਬ ਆਲਟਰਨੇਟਿਵ ਦੇਣ ਦੀ ਕੋਸ਼ਿਸ਼ ਕੀਤੀ, ਉਹਦਾ ਸ਼ਰੀਕ ਖੜਾ ਕਰਨ ਦੀ ਕੋਸ਼ਿਸ਼ ਕੀਤੀ ਮਦਨ ਮੋਹਨ ਮਾਲਵੀਆ ਨੇ। ਇਸੇ ਤਰੀਕੇ ਦੇ ਨਾਲ ਅੱਜ ਮੋਦੀ ਸਾਹਿਬ, ਕਿਉਂਕਿ ਉਹਨਾਂ ਨੂੰ ਇਹ ਗੱਲ ਚੁੱਭਦੀ ਹੈ ਜੀ ਜੀ ਵੀ ਸਿੱਖਾਂ ਨੂੰ ਕਿਉਂ ਨਹੀਂ ਅਸੀਮੀਲੇਟ ਕਰ ਸਕੇ, ਆਪਣੇ ਆਪ 'ਤੇ ਹਿੰਦੂਇਜ਼ਮ 'ਚ ਜਜ਼ਬ ਕਿਉਂ ਨਹੀਂ ਕਰ ਸਕੇ, ਇਹਨਾਂ ਦੀ ਆਈਡੈਂਟੀ ਅਸੀਂ ਕਿਉਂ ਨਹੀਂ ਖਤਮ ਕਰ ਸਕੇ। ਇੱਥੇ ਖਾਸ ਤੌਰ 'ਤੇ ਮੈਂ ਦੱਸਣਾ ਚਾਹੁੰਦਾ ਦੋ ਚੀਜ਼ਾਂ ਦਾ ਹਮੇਸ਼ਾ ਇੰਡੀਅਨ ਸਟੇਟ ਦੇ, ਚਾਹੇ ਤਾਂ ਉਹ ਮੁਗਲਾਂ ਦੀ ਸਟੇਟ ਹੈ ਜੀ, ਚਾਹੇ ਉਹ ਅੰਗਰੇਜ਼ਾਂ ਦੀ ਸਟੇਟ ਹੈ, ਚਾਹੇ ਅੱਜ ਉਹ ਹਿੰਦੂਆਂ ਦੀ ਸਟੇਟ ਹੈ, ਉਹ ਵਿਰੋਧ ਕਰਦੇ ਆ। ਇੱਕ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਰੋਧ ਕਰਦੇ ਆ, ਕਿਸੇ ਢੰਗ ਨਾਲ ਕਰਦੇ ਆ, ਕਿਸੇ ਤਰੀਕੇ ਨਾਲ ਕਰਦੇ ਆ, ਕੋਈ ਕਿਸ ਕਿਸਮ ਦੀਆਂ ਚਾਲਾਂ ਚੱਲਦੇ ਆ। ਹੁਣ ਮੈਂ ਤੁਹਾਨੂੰ ਇੱਥੇ ਖਾਸ ਤੌਰ 'ਤੇ ਦੱਸਣਾ ਚਾਹੁੰਦਾ ਹਾਂ ਜਦੋਂ ਪੋਥੀ ਕੰਪਾਈਲ ਕਰਕੇ ਪੰਜਵੇਂ ਪਾਤਸ਼ਾਹ ਲੈ ਕੇ ਆਉਂਦੇ ਆ ਦਰਬਾਰ ਸਾਹਿਬ ਦੇ ਵਿੱਚ, ਪੋਥੀ ਦੇ ਵਿੱਚ ਇੱਕ ਸ਼ਬਦ ਹੈ ਛੋਟਾ ਜਿਹਾ ਪੋਥੀ ਪਰਮੇਸ਼ਰ ਕਾ ਥਾਂ ਜੀ, ਵੀ ਇਹ ਰੱਬ ਦੀ ਜਗ੍ਹਾ। ਜਦੋਂ ਤੁਸੀਂ ਉਸਨੂੰ ਰੱਬ ਦੀ ਜਗ੍ਹਾ ਕਹਿ ਦਿੱਤਾ ਤਾਂ ਕੁਦਰਤੀ ਤੌਰ 'ਤੇ ਤੁਹਾਡਾ ਕਲੈਸ਼ ਅਤੇ ਕਨਫਲਿਕਟ ਆ ਗਿਆ ਵਿਦ ਦੀ ਮੁਗਲ ਅੰਪਾਇਰ, ਜਿਹੜਾ ਇਸਲਾਮਿਕ ਅੰਪਾਇਰ ਆ, ਜਿਹਦੇ 'ਚ ਪ੍ਰੋਫਿਟ ਮੁਹੰਮਦ ਸਾਹਿਬ ਕਹਿੰਦੇ ਆ ਵੀ ਆਈ ਐਮ ਦਾ ਲਾਸਟ ਪ੍ਰੋਫਿਟ ਇਨ ਦਿਸ ਯੂਨੀਵਰਸ। ਜਿਹੜਾ ਉਸ ਤੋਂ ਬਾਅਦ ਕੋਈ ਕਲੇਮ ਕਰੇਗਾ ਜੀ ਵੀ ਮੈਂ ਰੱਬ ਦਾ ਮੈਸੰਜਰ ਹਾਂ ਜਾਂ ਰੱਬ ਦੀ ਮੈਨੂੰ ਰੈਵੀਲੇਸ਼ਨ ਹੁੰਦੀ ਆ, ਜਾਂ ਜਿਸ ਤਰੀਕੇ ਨਾਲ ਇਹਨਾਂ ਨੇ ਪੋਥੀ ਨੂੰ ਹੀ ਪਰਮੇਸ਼ਰ ਬਣਾ ਦਿੱਤਾ, ਤਾਂ ਮੇਰਾ ਤਾਂ ਕਨਫਲਿਕਟ ਉਹਦਾ ਸਿਰ ਕਲਮ ਹੋਣਾ ਹੀ ਹੋਣਾ। ਇਹ ਸਜ਼ਾ ਉਹਨਾਂ ਨੇ ਮੁਕਰਰ ਕੀਤੀ ਪ੍ਰੋਫਿਟ ਮੁਹੰਮਦ ਸਾਹਿਬ ਨੇ। ਤਾਂ ਮੁਗਲ ਜਿਹੜੀ ਇਸਲਾਮਿਕ ਸਟੇਟ ਆ ਉਹ ਤਾਂ ਉਹਨਾਂ ਦੇ ਮਤਲਬ ਜਿਹੜੀ ਆਈਡੀਓਲੋਜੀ ਆ ਉਸ ਦੇ ਉੱਤੇ ਹੀ ਪ੍ਰਫੁੱਲਿਤ ਹੋਈ ਹੈ ਨਾ, ਬਿਲਕੁਲ। ਤਾਂ ਇਸ ਕਰਕੇ ਇੱਕ ਤਾਂ ਇਹ ਚੀਜ਼, ਦੂਜੀ ਮਤਲਬ ਜਿਹੜੀ ਚੀਜ਼ ਹੈ ਵੀ ਸਿੱਖੀ ਨੇ ਜਿਹੜਾ ਪ੍ਰਫੁੱਲਿਤ ਹੋਣਾ, ਸਿੱਖ ਆਈਡੀਓਲੋਜੀ ਨੇ ਜਿਹੜਾ ਮਤਲਬ ਇੱਕ ਤਰ੍ਹਾਂ ਫਾਊਂਟੇਨ ਦੀ ਤਰ੍ਹਾਂ ਉੱਭਰਨਾ, ਉਹ ਦਰਬਾਰ ਸਾਹਿਬ 'ਚੋਂ ਉੱਭਰਨਾ, ਉਹਦਾ ਆਪਣਾ ਇਤਿਹਾਸ ਆ। ਸਿੱਖ ਗੁਰੂਆਂ ਨੇ ਉਸ ਦੀ ਸਿਰਜਣਾ ਕੀਤੀ ਆ, ਕਿਸੇ ਇੰਡੀਵਿਜੁਅਲ ਨੇ ਨਹੀਂ ਕੀਤੀ। ਤਾਂ ਉਸ ਦੇ ਵਿੱਚ ਦੇਖੋ ਕਿੱਡੀ ਵੱਡੀ ਗੱਲ ਹੈ। ਅਸੀਂ ਕਹਿੰਦੇ ਹਾਂ ਗੁਰੂ ਨਾਨਕ ਪਾਤਸ਼ਾਹ, ਅਸੀਂ ਗੁਰੂ ਨਾਨਕ ਨੂੰ ਪਾਤਸ਼ਾਹ ਕਹਿੰਦੇ ਹਾਂ, ਜੇ ਪਾਤਸ਼ਾਹ ਹੈ ਤਾਂ ਦਰਬਾਰ ਸਾਹਿਬ ਆ, ਪਾਤਸ਼ਾਹ ਨੇ ਤਾਂ ਦਰਬਾਰ 'ਚ ਹੀ ਜਾਣਾ, ਮੰਦਰ 'ਚ ਤਾਂ ਜਾਣਾ ਨਹੀਂ। ਤਾਂ ਹੁਣ ਉਹਦੀ ਜਗ੍ਹਾ ਲੋਕ ਕਈ ਗੁੰਮਰਾਹ ਹੋਏ ਵੀ ਹਰਿਮੰਦਰ ਕਹਿ ਦਿੰਦੇ, ਹਰਿਮੰਦਰ ਸਾਹਿਬ ਕਹਿ ਦਿੰਦੇ, ਨਹੀਂ ਉਹ ਦਰਬਾਰ ਸਾਹਿਬ। ਜੇ ਦਰਬਾਰ ਹੈ ਸ਼ਹਿਨਸ਼ਾਹਾਂ ਦੇ ਹੀ ਦਰਬਾਰ ਹੁੰਦੇ, ਬਿਲਕੁਲ, ਤਾਂ ਕੁਦਰਤੀ ਤੌਰ 'ਤੇ ਤਖ਼ਤ ਵੀ ਚਾਹੀਦਾ। ਤਖ਼ਤ 'ਤੇ ਬਿਰਾਜਮਾਨ ਤਾਂ ਗੁਰੂ ਹੀ ਹੋਏਗਾ, ਸਪਿਰਚੁਅਲ ਲੀਡਰ ਹੀ ਹੋਏਗਾ, ਬਿਲਕੁਲ। ਤਾਂ ਅੱਜ ਦੇ ਜਿਹੜੇ ਲੋਕ ਆ ਇਹ ਤਖ਼ਤ 'ਤੇ ਬਿਰਾਜਮਾਨ ਨਹੀਂ ਹੈਗੇ, ਇਹ ਤਾਂ ਸਿਰਫ ਕੇਅਰਟੇਕਰ ਹੈਗੇ ਆ, ਜਿਵੇਂ ਜਿਸ ਨੂੰ ਅਸੀਂ ਜਥੇਦਾਰ ਕਹਿ ਲਈਏ, ਉਹ ਕੇਅਰਟੇਕਰ ਹੈ, ਉਹਨੂੰ ਮਤਲਬ ਦੇਖਭਾਲ ਉਸਦੀ ਕਰਨੀ। ਪਰ ਕੇਅਰਟੇਕਰ ਜਦੋਂ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਕੇ ਸਪੋਕਸਮੈਨ ਬਣ ਜਾਂਦਾ ਔਰ ਸਿੱਖ ਸਿਧਾਂਤਾਂ ਦੀ ਉਲੰਘਣਾ ਕਰਦਾ, ਤਾਂ ਮਤਲਬ ਉਹ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਉਸ ਨੂੰ ਸਿੱਖਾਂ ਦਾ ਸਪੋਕਸਮੈਨ ਨਹੀਂ ਕਿਹਾ ਜਾ ਸਕਦਾ। ਜਿਸ ਤਰ੍ਹਾਂ ਅੱਜ ਕੀਤੀ ਹੈ, ਅੱਜ ਜਿਸ ਤਰੀਕੇ ਦੇ ਨਾਲ ਜਿਹੜਾ ਅੱਜ ਦਾ ਮੌਜੂਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਹੈ, ਉਸ ਨੇ ਜਿਸ ਤਰੀਕੇ ਨਾਲ ਮੋਦੀ ਦੀ ਸ਼ਲਾਘਾ ਕੀਤੀ ਆ ਵੀ 1200 ਕਰੋੜ ਰੁਪਈਆ ਰੋਪਵੇ 'ਤੇ ਹੇਮਕੁੰਟ ਨੂੰ ਦੇ ਦਿੱਤਾ। ਮੈਂ ਹੇਮਕੁੰਟ ਨੂੰ ਸਾਹਿਬ ਨਹੀਂ ਕਹਿੰਦਾ, ਹੇਮਕੁੰਟ ਤਾਂ ਕੋਈ ਚੀਜ਼ ਨਹੀਂ ਹੈਗੀ, ਸਮਝੇ ਕਿ ਨਹੀਂ। ਉਹ ਤਾਂ 1935 ਦੇ ਵਿੱਚ ਭਾਈ ਵੀਰ ਸਿੰਘ ਦੀ ਇੱਕ ਕਲਪਨਾ ਹੈ, ਉਹਨਾਂ ਨੇ ਕਲਪਨਾ ਕੀਤੀ ਸ਼੍ਰੀ, ਮੈਂ ਦੱਸ ਦਿੰਦਾ, ਪਰ ਇੰਨੇ ਲੋਕ ਜੁੜੇ ਵੀ ਨੇ ਤੇ ਦੂਸਰਾ ਜੁੜੇ ਤਾਂ ਉੱਥੇ ਉਹ ਕਿਹਾ ਵੀ ਜਾਂਦਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਤਪ ਕੀਤਾ। ਤਪ ਤਾਂ ਗੁਰੂ ਗ੍ਰੰਥ ਸਾਹਿਬ ਖੋਲ੍ਹ ਲਓ, ਸਿੱਖ ਵਿਚਾਰਧਾਰਾ ਨੂੰ ਅਨਫੋਲਡ ਕਰ ਲਓ, ਉਹਨੂੰ ਸਮਝ ਲਓ, ਉਹਨੂੰ ਅੰਡਰਸਟੈਂਡ ਕਰ ਲਓ, ਇੰਟਰਪ੍ਰੈਟ ਕਰ। ਤਪ ਤਾਂ ਸਿੱਖਾਂ ਦੇ ਆਈਡੀਓਲੋਜੀ 'ਚ ਨਹੀਂ, ਗੁਰੂਆਂ ਦੀ। ਗੁਰੂਆਂ ਨੇ ਤਪ ਕਿਹੜੇ ਕੀਤੇ, ਗੁਰੂਆਂ ਨੇ ਸਟਰਗਲ ਕੀਤੀ ਹੈ, ਇੰਟੈਂਸ ਸਟਰਗਲ ਕੀਤੀ ਹੈ, ਜਦੋ ਜਹਿਦ ਕੀਤੀ ਹੈ, ਆਪਣਾ ਆਪ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ। ਗੁਰੂ ਨਾਨਕ ਨੇ ਕਿਹੜਾ ਤਪ ਕੀਤਾ, ਕੋਈ ਤਪ ਨਹੀਂ ਕੀਤਾ, ਉਹ ਇੱਕ ਵਿਚਾਰਧਾਰਾ ਹੈ, ਇੱਕ ਆਈਡੀਓਲੋਜੀ ਹੈ ਗੁਰੂ ਨਾਨਕ ਦੇ ਰਿਹਾ। ਔਰ ਸਿੱਧੇ ਤੌਰ ਦੇ ਉੱਤੇ ਆਪਣੇ ਮਤਲਬ ਸਪਿਰਚੁਅਲ ਪਾਵਰ ਦੇ ਉੱਤੇ ਜਿਹੜਾ ਮੁਗਲ ਐਮਪਰਰ ਆ ਉਸਨੂੰ ਕਹਿ ਰਿਹਾ, ਤੂੰ ਬਾਬਰ ਜਾਬਰ ਹੈ, ਪਾਪ ਕੀ ਜੰਜ ਲੈ ਆਇਆ, ਜਿਹੜੀ ਬਾਣੀ ਆ ਜਿਹੜੀ ਮਤਲਬ ਉਸਨੂੰ ਤੁਸੀਂ ਬਾਬਰ ਬਾਣੀ, ਉਸ ਦੇ ਵਿੱਚ ਦੇਖੋ ਕਿਸ ਤਰੀਕੇ ਦਾ ਉਹ ਅਟੈਕ ਕਰ ਰਿਹਾ, ਬਾਬਰ 'ਤੇ ਨਹੀਂ ਇਕੱਲੇ 'ਤੇ ਕਰ ਰਿਹਾ,
ਇੱਥੇ ਦੇ ਜਿਹੜੇ ਹੁਕਮਰਾਨ ਆ ਉਹਨਾਂ ਦੇ ਉੱਤੇ ਵੀ ਕਰ ਰਿਹਾ, ਹਰ ਮਤਲਬ ਬੰਦੇ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਵੀ ਤੁਸੀਂ ਲੋਕਾਂ ਦੀ ਰਾਏ ਦੀ ਜਿਹੜੀ ਪਬਲਿਕ ਹੈ ਉਸ ਨੂੰ ਪ੍ਰੋਟੈਕਟ ਕਰਨ ਦੀ ਬਜਾਏ ਤੁਸੀਂ ਆਪਣੇ ਐਸ਼ੋ ਆਰਾਮ 'ਚ ਰਿਸ਼ਵਤਖੋਰੀਆਂ ਦੇ 'ਚ ਹੇਰੀਆਂ ਹੇਰਾ ਫੇਰੀਆਂ ਠੱਗੀ ਠੋਰੀਆਂ ਦੇ ਵਿੱਚ ਪਏ ਹੋਏ। ਜੀ ਜੀ ਜੀ। ਤੋ ਮਹਾਰਾਜ ਨੇ ਗੁਰੂਆਂ ਨੇ ਜਿਹੜਾ ਅਸੈਸਟਿਸਿਜ਼ਮ ਅਤੇ ਮਨਾਸਟਿਸਿਜ਼ਮ ਦੋ ਚੀਜ਼ਾਂ ਹੈਗੀਆਂ। ਅਸੈਸਟਿਸਿਜ਼ਮ ਹੁੰਦਾ ਵੀ ਤੁਸੀਂ ਦੁਨੀਆਂ ਨੂੰ ਤਿਆਗ ਕੇ ਪਹਾੜਾਂ ਦੀਆਂ ਕੁੰਦਰਾਂ 'ਚ ਜਾ ਬੈਠੇ, ਇਸੇ ਤਰੀਕੇ ਜੰਗਲਾਂ 'ਚ ਚਲੇ ਗਏ, ਇਸੇ ਤਰੀਕੇ ਮੱਠਾਂ ਦੇ ਉੱਤੇ ਬੈਠ ਗਏ। ਦਿਸ ਇਜ਼ ਨੋਟ ਐਕਸੈਪਟੇਬਲ ਟੂ ਸਿੱਖਿਜ਼ਮ। ਸਿੱਖਾਂ ਨੇ ਸਮਾਜ ਦੇ ਵਿੱਚ ਰਹਿਣਾ, ਸਮਾਜ ਦੇ ਵਿੱਚ ਆਈਆਂ ਕੁਰੀਤੀਆਂ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਸਟਰਗਲ ਕਰਨੀ, ਸਮਝੇ ਕਿ ਨਹੀਂ, ਲੜਨਾ। ਜਿਹੜਾ ਕਿਸੇ 'ਤੇ ਜ਼ੁਲਮ ਹੋ ਰਿਹਾ, ਅੱਤਿਆਚਾਰ ਹੋ ਰਿਹਾ, ਕਿਸੇ ਨਾਲ ਦਰਾਇਤ ਹੋ ਰਹੀ ਆ, ਉਸ ਦੇ ਵਿਰੋਧ 'ਚ ਉਹਨਾਂ ਨੇ ਖੜ੍ਹੇ ਹੋਣਾ। ਮਹਾਰਾਜ ਦਸਵੇਂ ਪਾਤਸ਼ਾਹ ਨੇ ਜਿਹੜਾ ਗੁਰੂ ਨਾਨਕ ਦਾ ਦਸਵਾਂ ਰੂਪ ਆ ਉਹਦੇ 'ਚ ਕੀ ਕਰ ਰਹੇ ਆ, ਉਹ ਕੀ ਦੇ ਰਹੇ ਆ, ਇਨਸਿਗਨੀਆ ਕੀ ਆ, ਇਨਸਿਗਨੀਆ ਕੀ ਆ, ਇਨਸਿਗਨੀਆ ਹੈਗਾ ਲੈ ਭਾਈ ਤੈਨੂੰ ਮੈਂ ਕਿਰਪਾਨ ਦਿੱਤੀ ਜੀ। ਤਾਂ ਜੋ ਜਿਹੜਾ ਤਪ ਕਰ ਰਿਹਾ ਉਹਨੂੰ ਤਾਂ ਕਿਰਪਾਨ ਦੀ ਲੋੜ ਨਹੀਂ ਨਾ, ਪਰ ਖਾਲਸੇ ਨੂੰ ਕਿਰਪਾਨ ਦੀ ਲੋੜ ਆ। ਬਿਲਕੁਲ ਬਿਲਕੁਲ। ਜਿਹੜਾ ਸਭ ਤੋਂ ਵੱਡੀ ਚੀਜ਼ ਹੈ ਕਿਸੇ ਵੀ ਧਰਮ ਦੇ ਵਿੱਚ ਉਹਨਾਂ ਦਾ ਇੱਕ ਅਲਟੀਮੇਟ ਹੁੰਦਾ, ਜਿਸ ਤਰ੍ਹਾਂ ਹਿੰਦੂਆਂ ਦਾ ਵੈਰਾਗੀ ਆ, ਕ੍ਰਿਸਚਨ ਦਾ ਹਰਮਿਟ ਉਹਨੂੰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ, ਉਹ ਵੈਰਾਗੀ ਕੀ ਆ ਜੀ, ਸਭ ਕੁਛ ਤਿਆਗਤਾ, ਤਿਆਗ ਹੋ ਕੇ ਕਰਮੰਡਰ ਹੱਥ 'ਚ ਫੜ ਲਿਆ, ਦਰ ਦਰ ਦੇ ਮਤਲਬ ਉੱਥੋਂ ਰੋਟੀਆਂ ਮੰਗਦਾ ਜੰਗਲਾਂ ਦੇ ਵਿੱਚ ਚਲਿਆ ਗਿਆ ਜਾਂ ਆਪਣੇ ਮੱਠਾਂ ਦੇ ਵਿੱਚ ਬੈਠ ਗਿਆ ਜੀ। ਜੀ। ਸਿੱਖੀ ਦਾ ਜਿਹੜਾ ਹੈ ਮਤਲਬ ਸਭ ਤੋਂ ਵੱਡੀ ਅਖੀਰ ਜਿਹੜਾ ਮਤਲਬ ਹੈ ਉਹ ਹੈ ਖਾਲਸਾ ਜੀ। ਗੁਰੂ ਨਾਨਕ ਨੇ ਫੁਲਫਿਲਮੈਂਟ ਆਫ ਗੁਰੂ ਨਾਨਕਸ ਮਿਸ਼ਨ ਹੈ ਜਿਹੜਾ ਖਾਲਸੇ ਦੀ ਸਿਰਜਣਾ ਗੁਰੂ ਮਹਾਰਾਜ ਨੇ ਕੀਤੀ ਜੀ ਜੀ ਜੀ। ਉਸ ਫੁਲਫਿਲਮੈਂਟ ਦੇ ਵਿੱਚ ਕੀ ਦੇ ਰਿਹਾ ਗੁਰੂ, ਮਾਲਾ ਨਹੀਂ ਦੇ ਰਿਹਾ। ਸਾਰੀ ਦੁਨੀਆਂ ਦੇ ਧਰਮਾਂ ਵਿੱਚ ਸਪਿਰਚੁਅਲ ਸਿੰਬਲ ਕੀ ਹੈ, ਮਾਲਾ, ਰੋਜ਼ਰੀ ਜਿਸਨੂੰ ਅੰਗਰੇਜ਼ੀ 'ਚ ਕਹਿ ਦਿੰਦੇ ਜੀ ਜੀ ਜੀ। ਤਾਂ ਸਿੱਖਾਂ ਦਾ ਜਿਹੜਾ ਸਪਿਰਚੁਅਲ ਸਿੰਬਲ ਕੀ ਆ ਜੀ, ਕਿਰਪਾਨ ਜੀ। ਮਹਾਰਾਜ ਨੇ ਕਿਰਪਾਨ ਫੜਾਤੀ, ਕਿਰਪਾਨ ਪਾ ਕੇ ਪਹਾੜਾਂ ਦੀਆਂ ਕੁੰਦਰਾਂ ਵਿੱਚ ਜਾ ਕੇ ਮਾਲਾ ਫੜ ਕੇ ਤਪੱਸਿਆ ਨਹੀਂ ਕਰਨੀ, ਤਪ ਨਹੀਂ ਕਰਨਾ। ਤਪ ਦਾ ਵਿਰੋਧ ਆ ਸਾਡਾ, ਐਂਟੀਥੀਸਿਸ ਆ ਸਿੱਖਿਜ਼ਮ ਦਾ ਜੀ। ਤੋ ਇਹ ਸਾਰੀ ਚੀਜ਼ ਜਿਹੜੀ ਹੈ ਜੋ ਕੀਤਾ ਜਾ ਰਿਹਾ ਹੈ ਇਹ ਹਿੰਦੂਇਜ਼ਡ ਵਰਸ਼ਨ ਆ ਸਿੱਖਿਜ਼ਮ ਦਾ ਜੀ। ਅਤੇ ਇੱਕ ਬਹੁਤ ਢੰਗ ਦੇ ਨਾਲ, ਬਹੁਤ ਚਲਾਕੀ ਦੇ ਨਾਲ, ਬਹੁਤ ਚੁਸਤੀ ਦੇ ਨਾਲ, ਤਾਂ ਕਿ ਸਿੱਖਾਂ ਨੂੰ ਦਰਬਾਰ ਸਾਹਿਬ 'ਚੋਂ ਤੋੜ ਕੇ ਔਰ ਜੋ ਕੇਸ਼ਗੜ੍ਹ ਸਾਹਿਬ ਤੋਂ ਤੋੜ ਕੇ ਉਹਨਾਂ ਨੂੰ ਲਾ ਦਿਓ ਇਸ ਦੇ ਹੇਮਕੁੰਟ। ਫਿਰ ਦੇਖੋ ਕੀ ਕਿਹਾ, ਹੇਮਕੁੰਟ ਹੈ ਕੀ ਹੈ, ਕੁਛ ਵੀ ਨਹੀਂ ਹੈ, ਉਹ ਜਗ੍ਹਾ ਉੱਥੇ ਪਹਾੜ ਹੈ, ਪਹਾੜ ਜਿਵੇਂ ਹਿਮਾਲਿਆ ਦੇ ਹਜ਼ਾਰਾਂ ਹੀ ਕਿਸਮ ਦੇ ਪਹਾੜ। ਸਿੱਖਾਂ ਨਾਲ ਕਿਵੇਂ ਲਿੰਕ ਜੋੜਦੇ? ਸਿੱਖਾਂ ਨਾਲ ਜਿਹੜਾ ਮੈਂ ਦੱਸਦਾ ਨਾ ਜੀ, ਉਹਨਾਂ ਨੇ ਕਿਹਾ ਵੀ ਪਿਛਲੇ ਜਨਮ ਦੇ ਵਿੱਚ ਇਹ ਮਤਲਬ ਜੋ ਆਪਣਾ ਜਿਹਨੂੰ ਤੁਸੀਂ ਦਸਮ ਗ੍ਰੰਥ ਕਹਿੰਦੇ ਹੋ, ਮੈਂ ਤਾਂ ਉਸਨੂੰ ਕੁਛ ਵੀ ਨਹੀਂ ਕਹਿੰਦਾ ਕਿਉਂਕਿ ਉਹਦੀ ਕੋਈ ਅਥੈਂਟਿਸਿਟੀ ਨਹੀਂ, ਕੋਈ ਉਹਦੀ ਇੰਟੈਗ੍ਰਿਟੀ ਨਹੀਂ, ਕੋਈ ਔਥਰਸ਼ਿਪ ਨਹੀਂ, ਕੋਈ ਡੇਟਿੰਗ ਨਹੀਂ ਹੈ। ਉਹ ਅੰਗਰੇਜ਼ਾਂ ਨੇ ਸ਼੍ਰੀ ਖੜਾ ਕੀਤਾ ਗੁਰੂ ਗ੍ਰੰਥ ਸਾਹਿਬ ਦਾ ਜੀ, ਤਾਂ ਉਸ ਦੇ ਵਿੱਚ ਇੱਕ ਮਤਲਬ ਕਹਾਣੀ ਬਣਾਈ ਵੀ ਹੈ ਵੀ ਦਸਵੇਂ ਪਾਤਸ਼ਾਹ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਇੱਕ ਤਪੱਸਿਆ ਕੀਤੀ ਸੀ ਹੇਮਕੁੰਟ ਦੇ ਵਿੱਚ। ਉਹੀਓ ਇਮੈਜਿਨਰੀ ਹੈ, ਮਿਥਿਹਾਸ ਆ, ਇਤਿਹਾਸ ਥੋੜ੍ਹਾ ਜੀ ਜੀ, ਮਿਥਿਹਾਸ ਆ। ਤੋ ਮਿਥਿਹਾਸ ਦੀ ਜਿਹੜੀ ਰਿਐਲਿਟੀ ਥੋੜ੍ਹੀ ਦੇਖੀ ਜਾ ਸਕਦੀ ਹੈ, ਉਹੀਓ ਤੁਸੀਂ ਕਹਿਤਾ ਵੀ ਆਹ ਹੇਮਕੁੰਟ ਹੈ। ਉਹੀ ਚੀਜ਼ ਜਿਹੜੀ ਭਾਈ ਵੀਰ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਪਾ ਦਿੱਤੀ ਜੀ, ਤਾਂ ਉਹਦੇ ਨਾਲ ਮਤਲਬ ਲੋਕ ਭਰਮਾਏ ਗਏ। ਜਿਸ ਤਰ੍ਹਾਂ ਇੱਦਾਂ ਦੀ ਉਹ ਗੱਲ ਆ ਨਾ, ਜਿਸ ਤਰ੍ਹਾਂ ਹੁਣ ਰਾਮ ਰਹੀਮ ਜੀ, ਤੁਸੀਂ ਕਹੋ ਉਹਦੇ ਮਗਰ ਲੱਖਾਂ ਲੋਕ ਆ, ਹੁਣ ਵੀ ਲੱਖਾਂ ਲੋਕ ਆ, ਅੱਜ ਉਹ ਆਇਆ ਪਰੋਲ 'ਤੇ ਜੀ, ਹਾਲਾਂਕਿ ਰੇਪਿਸਟ ਪ੍ਰੂਵ ਹੋਇਆ ਹੋਇਆ, ਮਰਡਰਰ ਪ੍ਰੂਵ ਹੋਇਆ ਹੋਇਆ, ਹੋਰ ਉਹਦੇ 'ਤੇ ਬੜੇ ਸੀਰੀਅਸ ਲੋਕਾਂ ਦੀਆਂ ਪ੍ਰੋਪਰਟੀਆਂ, ਲੋਕਾਂ ਦੀਆਂ ਪ੍ਰੋਪਰਟੀਆਂ ਦੱਬਣ ਦੇ ਕਿੰਨੇ ਕੇਸ ਆ ਉਹਦੇ ਖਿਲਾਫ਼। ਬਾਵਜੂਦ ਇਸ ਗੱਲ ਦੇ ਲੋਕ ਜਿਹੜੇ ਗੁੰਮਰਾਹ ਹੋਏ ਹੋਏ ਆ ਉਹਦੇ ਮਗਰ ਲੱਗੇ ਹੋਏ ਆ, ਲੱਖਾਂ ਦੀ ਤਾਦਾਦ 'ਚ ਲੱਗੇ ਹੋਏ ਆ, ਥੋੜ੍ਹੇ ਨਹੀਂ ਉਹਦੇ ਡੇਰੇ ਕਿੰਨੇ ਚੱਲਦੇ ਆ। ਤੋ ਇਸ ਕਰਕੇ ਇਹ ਗੱਲ ਜਿਹੜੀ ਹੈ ਨਾ ਉਹ ਮੈਟਰ ਨਹੀਂ ਕਰਦੀ ਜੀ, ਮੈਟਰ ਕਰਦੀ ਹੈ ਇੱਕ ਸਿਧਾਂਤ ਦੇ ਉੱਤੇ ਜੀ, ਕਿਹੜੀ ਆਈਡੀਆਲੋਜੀ ਆ, ਕਿਹੜਾ ਪੁਆਇੰਟ ਆਫ ਵਿਊ ਆ, ਕਿਹੜੀ ਕਿਸ ਕਿਸਮ ਦੀ ਤੁਸੀਂ ਉੱਤੇ ਵਿਚਾਰਧਾਰਾ ਹੈ ਜੀ। ਤੋ ਇਹ ਵਿਚਾਰਧਾਰਾ ਜੋ ਹੇਮਕੁੰਟ ਦੀ ਹੈ ਇਹ ਸਾਰੀ ਦੀ ਸਾਰੀ ਵਿਚਾਰਧਾਰਾ ਸਿੱਖੀ ਦੇ ਵਿਰੋਧ 'ਚ ਆ, ਤਪ ਦੀ, ਪੂਰਨ ਜਨਮ ਦੀ, ਪਿਛਲਾ ਜਨਮ। ਪਿਛਲਾ ਜਨਮ ਤਾਂ ਸਾਡੇ ਕਿਸੇ ਜਗ੍ਹਾ ਵੀ ਰੈਫਰੈਂਸ ਨਹੀਂ ਹੈ, ਆਹੀ ਜੀਵਨ ਹੈ, ਇਸੇ ਵਿੱਚ ਹੀ ਤੁਸੀਂ ਸੱਚਖੰਡ ਦੇ ਵਿੱਚ ਪਹੁੰਚਣਾ। ਸੱਚਖੰਡ ਦੇ ਵਿੱਚ ਤੁਸੀਂ ਪਹੁੰਚਦੇ ਹੋ ਕਦੋਂ ਪਹੁੰਚਦੇ ਹੋ ਜੀ ਜੀ ਜੀ, ਜਦੋਂ ਦੁੱਖ ਦੁੱਖ ਨਹੀਂ ਲੱਗਦਾ, ਸੁੱਖ ਸੁੱਖ ਨਹੀਂ ਲੱਗਦਾ ਜੀ, ਇੱਕ ਸਟੇਟ ਆਫ ਮਤਲਬ ਹੈਪੀਨੈਸ ਹੈ, ਕਮਿਟਮੈਂਟ ਹੈ ਗੁਰੂ
ਤੇਰੀ ਬਖਸ਼ਿਸ਼ ਦੇ ਵਿੱਚ ਅਸੀਂ ਜੁੜ ਆ ਹੁਣੇ ਜਿਵੇਂ ਰੌਲਾ ਪਿਆ ਆ ਪਾਸਟਰਾਂ ਦੇ ਨਾਲ ਕ੍ਰਿਸਚਨਸ ਦੇ ਨਾਲ ਉਹ ਮਿਰੇਕਲ ਕਰਦੇ ਆ ਵੀ ਅਸੀਂ ਦੇਖੋ ਜੀ ਤੁਸੀਂ ਸਾਡੇ ਪ੍ਰੇਅਰ ਕਰ ਲਓ ਇੰਨੇ ਹਜ਼ਾਰ ਰੁਪਈਆ ਦੇ ਦਿਉ ਆਹ ਤੁਹਾਡੀ ਬਿਮਾਰੀ ਕੈਂਸਰ ਫਲਾਣਾ ਤਿਮਕਾ ਦੂਰ ਹੋ ਜਾਊ ਜੀ 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 ਸਿੱਖੀ 'ਚ ਐਸੀ ਕੋਈ ਗੱਲ ਨਹੀਂ ਸਿੱਖੀ 'ਚ ਦੁੱਖ ਵੀ ਮੰਨਣਾ ਉਹ ਸਿੱਖੀ ਨੂੰ ਸਿੱਖ ਨੂੰ ਹੁਕਮ ਆ ਵੀ ਜੇ ਸੁੱਖ ਰੱਬ ਨੇ ਦਿੱਤਾ ਦੁੱਖ ਵੀ ਰੱਬ ਨੇ ਜੀ 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 ਦੁੱਖ ਦਾਰੂ ਸੁੱਖ ਰੋਗ ਪਿਆ ਸੋ ਮਹਾਰਾਜ ਦੀ ਬਹੁਤ ਵੱਡੀ ਕਲਪਨਾ ਹੈ ਔਰ ਰੱਬ ਨੂੰ ਰੀਅਲਾਈਜ਼ ਕਰਕੇ ਉਸ ਦਾ ਭਾਣਾ ਮੰਨਣਾ ਜੀ ਤੋ ਇਸ ਕਿਸਮ ਦੀਆਂ ਜਿਹੜੀਆਂ ਮਤਲਬ ਕੁਰਾਹੇ ਪਾਉਣ ਵਾਲੀਆਂ ਗੱਲਾਂ ਬੜੀ ਦੁੱਖ ਦੀ ਗੱਲ ਆ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬ ਨੇ ਕਿਉਂ ਕਿਹਾ ਉਹ ਤਾਂ ਬੜੇ ਵਿਦਵਾਨ ਨੇ ਪੜ੍ਹੇ ਲਿਖੇ ਵਿਦਵਾਨ ਨਹੀਂ ਮੈਨੂੰ ਤਾਂ ਵਿਦਵਾਨਗੀ ਉਹਨਾਂ ਦੀ ਨਜ਼ਰ ਨਹੀਂ ਆਈ ਵਿਦਵਾਨਗੀ ਉਹਨਾਂ ਦੀ ਨਜ਼ਰ ਨਹੀਂ ਆਈ ਮੈਨੂੰ ਦੱਸਣ ਕਿ ਹੇਮਕੁੰਡ ਦਾ ਇਤਿਹਾਸ ਕੀ ਹੈ ਜੀ ਮੈਨੂੰ ਪੁੱਛਣ ਕਿ ਮੈਂ ਦੱਸ ਦੂੰਗਾ ਦਰਬਾਰ ਸਾਹਿਬ ਦਾ ਇਤਿਹਾਸ ਕੀ ਹੈ ਮੈਂ ਉਸ ਦੇ ਉੱਤੇ ਬਹੁਤ ਐਸੇ ਲਿਖੇ ਹੋਏ ਆਰਟੀਕਲ ਲਿਖੇ ਹੋਏ ਮੇਰੇ ਇਕੱਲੇ ਦੇ ਨਹੀਂ ਲਿਖੇ ਕਿਤਾਬਾਂ ਲਿਖੀਆਂ ਕਿੰਨੇ ਹਜ਼ਾਰਾਂ ਲੋਕਾਂ ਨੇ ਲਿਖੀਆਂ ਔਰ ਬਾਣੀ ਦੇ ਵਿੱਚ ਉਸ ਦੀ ਮਤਲਬ ਰੈਫਰੈਂਸਿਸ ਹੈਗੇ ਉਹਨਾਂ ਸਾਰੀਆਂ ਚੀਜ਼ਾਂ ਦੇ ਤੋ ਸਾਡਾ ਜਿਹੜਾ ਧਰਮ ਹੈ ਸਾਡੀ ਜਿਹੜੀ ਵਿਚਾਰਧਾਰਾ ਹੈ ਗੁਰੂਆਂ ਦਾ ਜਿਹੜਾ ਇਤਿਹਾਸ ਆ ਉਹਦੀ ਹਿਸਟੋਰੀਸਿਟੀ ਹੈ ਜੀ ਜੀ ਅੱਛਾ ਦੂਜੀ ਗੱਲ ਹੋਰ ਤੁਹਾਨੂੰ ਦੱਸਦਾ ਕਿਸੇ ਗੁਰੂ ਨੇ ਜੀ ਆਪਣੀ ਬਾਇਓਗ੍ਰਾਫੀ ਨਹੀਂ ਲਿਖੀ ਆਪਣੀ ਬਾਇਓਗ੍ਰਾਫੀ ਮੈਂ ਆਪਣਾ ਜੀਵਨ ਕਿਸੇ ਜਗ੍ਹਾ ਨਹੀਂ ਲਿਖਿਆ ਗੁਰੂ ਨਾਨਕ ਮਹਾਰਾਜ ਵੀ ਲਿਖ ਸਕਦੇ ਸੀ ਬਿਲਕੁਲ ਕੋਈ ਹੈ ਗੱਲ ਉਹਨਾਂ ਨੇ ਲਿਖੀ ਬਾਣੀ ਦੇ ਵਿੱਚ ਆਉਂਦੀ ਹੈ ਜੀ ਉਹਨਾਂ ਦੀ ਲਾਈਫ ਬਾਰੇ ਕੁਛ ਨਹੀਂ ਆਉਂਦਾ ਨਹੀਂ ਆਉਂਦਾ ਦੂਜੇ ਗੁਰੂ ਸਾਹਿਬਾਨ ਦੀ ਪੰਜਵੇਂ ਗੁਰੂ ਛੇਵੇਂ ਮਤਲਬ ਅੱਗੇ ਜਾ ਕੇ ਨੌਵੇਂ ਗੁਰੂ ਤੱਕ ਕੋਈ ਨਾ ਲਾਈਫ ਨਹੀਂ ਤੁਸੀਂ ਆਪਣੀ ਦੱਸੀ ਤੁਸੀਂ ਆਪਣੀ ਵਿਚਾਰਧਾਰਾ ਦੀ ਗੱਲ ਇਹ ਆਈਡੀਓਲੋਜੀ ਦੀ ਗੱਲ ਹੈ ਇਹ ਪੁਆਇੰਟ ਆਫ ਵਿਊ ਦੀ ਗੱਲ ਹੈ ਜੀ ਤੋ ਪੁਆਇੰਟ ਆਫ ਵਿਊ ਆ ਜਿਹੜਾ ਉਹ ਇਸ ਸਮਾਜ ਦੇ ਵਿੱਚ ਵਿਚਰਨਾ ਔਰ ਗੁਰੂ ਨੂੰ ਇਸ ਗੱਲ ਦਾ ਅਹਿਸਾਸ ਆ ਵੀ ਸਮਾਜ ਦੇ ਵਿੱਚ ਜਿਹੜਾ ਈਵਲ ਐਗਜ਼ਿਸਟ ਕਰਦਾ ਔਰ ਉਹ ਈਵਲ ਬਾਹਰ ਨਹੀਂ ਜਾਂਦਾ ਕਿਉਂਕਿ ਗਰੀਡ ਇੱਕ ਇਨਸਾਨ ਦੀ ਫਿਤਰਤ ਆ ਜੀ ਜਦੋਂ ਤੁਹਾਨੂੰ ਗਰੀਡ ਆ ਗਿਆ ਲਾਲਚ ਆ ਗਿਆ ਤਾਂ ਤੁਸੀਂ ਦੂਸਰੇ ਨਾਲ ਪੱਖਪਾਤ ਵੀ ਕਰੋਗੇ ਬਿਲਕੁਲ ਦੂਸਰੇ ਨਾਲ ਧੋਖਾ ਵੀ ਮਾਰ ਕੁਟਾਈ ਵੀ ਕਰੋਗੇ ਹੇਰਾ ਫੇਰੀ ਠੱਗੀ ਟੋਰੀ ਵੀ ਕਰੋ ਤੋ ਮਹਾਰਾਜ ਨੇ ਕਿਹਾ ਵੀ ਦੇ ਈਵਲ ਸਮਾਜ ਦੇ ਵਿੱਚ ਐਗਜ਼ਿਸਟ ਕਰਦਾ ਤੂੰ ਕਿਉਂ ਪਹਾੜਾਂ ਦੀਆਂ ਕੁੰਦਰਾਂ 'ਚ ਜਾਣਾ ਜੀ ਜੀ ਤੂੰ ਕਿਉਂ ਜੰਗਲਾਂ 'ਚ ਜਾਣਾ ਤੂੰ ਕਿਉਂ ਮੱਠਾਂ 'ਚ ਜਾਣਾ ਆ ਨਿਕਲ ਉਹਨਾਂ ਨੇ ਡਾਇਲੋਗ ਕੀਤਾ ਬਿਲਕੁਲ ਸਾਰਿਆਂ ਨਾਲ ਜਿਹੜੇ ਮੱਠਾਂ ਦੇ ਉੱਤੇ ਬੈਠੇ ਸੀਗੇ ਜੀ ਉਹਨਾਂ ਨੂੰ ਕਿਹਾ ਆਓ ਇੱਥੇ ਤਾਂ ਜ਼ੁਲਮੋ ਸਿਤਮ ਹੋ ਰਿਹਾ ਇੱਥੇ ਅੱਤਿਆਚਾਰ ਹੋ ਰਿਹਾ ਇੱਥੇ ਇੰਨਾ ਦੁਰਾਇਤ ਹੋ ਰਿਹਾ ਅਤੇ ਤੁਸੀਂ ਇੱਥੇ ਬੈਠੇ ਮੱਠਾਂ ਦੇ ਵਿੱਚ ਤੁਸੀਂ ਉਸ ਨੂੰ ਦੂਰ ਕਰ ਦਿਓਗੇ ਬਿਲਕੁਲ ਤੋ ਮਹਾਰਾਜ ਦਾ ਜਿਹੜਾ ਵਿਚਾਰਧਾਰਾ ਉਹ ਐਕਟਿਵ ਹੈ ਜੀ ਤੋ ਇਹ ਜਿਹੜੀ ਗੱਲ ਹੋ ਰਹੀ ਹੈ ਬੜੀ ਸ਼ਰਾਰਤਕੁਨ ਬੜੀ ਮਿਸਚੀਵਿਅਸ ਗੱਲ ਔਰ ਬੜਾ ਵੱਡਾ ਅਟੈਕ ਆ 1984 ਦਾ ਘੱਲੂਘਾਰਾ ਜਿਹੜਾ ਹੈਗਾ ਬਲਿਊ ਸਟਾਰ ਦਾ ਘੱਲੂਘਾਰਾ ਜੀ ਜੀ ਉਹ ਫਿਜ਼ੀਕਲ ਅਟੈਕ ਆ ਇਹ ਆਈਡੀਓਲੋਜੀਕਲ ਅਟੈਕ ਇਹ ਲੰਬੀ ਮਾਰ ਮਾਰ ਰਹੇ ਨੇ ਇਹ ਆਈਡੀਓਲੋਜੀਕਲ ਅਟੈਕ ਤਾਂ ਕਿ ਐਸੀਆਂ ਸਹੂਲਤਾਂ ਤੁਸੀਂ ਉੱਥੋਂ ਦਿਓ ਲੋਕਾਂ ਨੂੰ ਉਹ ਹੱਲੇ ਮਤਲਬ ਬੜੀਆਂ ਬੱਸਾਂ ਭਰ ਕੇ ਟੂਰਿਸਟਾਂ ਦੇ ਵਿੱਚ ਪਲੇਸ ਤਾਂ ਵੈਸੇ ਹੈਗਾ ਲੋਕ ਜਾਂਦੇ ਨੇ ਪਹਾੜਾਂ ਦੇ ਘੁੰਮਣ ਇੱਕ ਥੋੜੀਆਂ ਸਹੂਲਤਾਂ ਮਿਲ ਜਾਣਗੀਆਂ ਮੇਰਾ ਮਤਲਬ ਕਹਿਣ ਦਾ ਇਹ ਆ ਬੜੀ ਮਤਲਬ ਇਹ ਬੜੀ ਫਿਕਰ ਵਾਲੀ ਗੱਲ ਆ ਜੀ ਇਹ ਹਾਸੀ ਵਾਲੀ ਗੱਲ ਨਹੀਂ ਹੈ ਜੀ ਜੀ ਇਹ ਬੜੀ ਮਤਲਬ ਫਿਕਰ ਕਰਨ ਵਾਲੀ ਗੱਲ ਆ ਸਿੱਖਾਂ ਨੂੰ ਜਿਹੜੇ ਸਿੱਖ ਸੁਚੇਤ ਆ ਇਸ ਗੱਲ ਦੇ ਉੱਤੇ ਉਹ ਫਿਕਰਮੰਦ ਆ ਜੀ ਔਰ ਜਿਹੜੇ ਲੋਕ ਮਤਲਬ ਨਹੀਂ ਗੱਲ ਨੂੰ ਸਮਝਦੇ ਹੁਣ ਮੈਂ ਕੀ ਉਹਨਾਂ ਨੂੰ ਕਹਾਂ ਇਹੋ ਜਿਹਾ ਸ਼ਬਦ ਮੈਂ ਬੋਲਣਾ ਨਹੀਂ ਚਾਹੁੰਦਾ ਜੀ 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 ਮਤਲਬ ਇਸ ਤਰੀਕੇ ਨਾਲ ਰਾਮ ਰਹੀਮ ਦੇ ਜਿਵੇਂ ਮਗਰ ਲੱਗੇ ਹੋਏ ਲੱਗੇ ਰਹੋ ਹਾਂਜੀ ਹਾਂ ਲੱਗੇ ਰਹੋ ਉਸ ਨਾਲ ਕੋਈ ਫਰਕ ਨਹੀਂ ਪੈਂਦਾ ਹਾਂਜੀ ਤੋ ਮਹਾਰਾਜ ਨੇ ਜਿਸ ਵਕਤ ਖਾਲਸੇ ਦੀ ਸਿਰਜਣਾ ਕੀਤੀ ਆ ਜੀ ਕਿੰਨੇ ਬੰਦੇ ਨਿਤਰੇ ਸਿਰਫ ਪੰਜ ਨਿਤਰੇ ਔਰ ਉੱਥੇ ਜਦੋਂ ਕੇਸਾਂ ਦੀ ਗੱਲ ਹੋਣ ਲੱਗੀ ਨਾ ਤਾਂ ਜਿਹੜੇ ਦਿੱਲੀ ਤੋਂ ਸਿੱਖ ਵੀ ਆਏ ਹੋਏ ਸੀ ਹੁਣ ਮੈਨੂੰ ਮੁਸ਼ਕਿਲ ਆ ਕਹਿਣਾ ਕਿੰਨੇ ਸੀ ਜ਼ਰੂਰ ਹੋਣੇ ਆ ਕਾਫੀ ਜ਼ਿਆਦਾ ਹੋਣੇ ਆ ਕਿਉਂਕਿ ਦਿੱਲੀ ਬਹੁਤ ਵੱਡਾ ਸ਼ਹਿਰ ਉਸ ਵੇਲੇ ਵੀ ਉਸ ਵੇਲੇ ਦੀ ਆਬਾਦੀ ਦੇ ਮੁਤਾਬਕ ਵੱਡਾ ਸ਼ਹਿਰ ਹੀ ਹੋਣਾ ਜੀ ਉਹ ਜਦੋਂ ਕੇਸਾਂ ਦੀ ਗੱਲ ਆਈ ਤਾਂ ਉਹਨਾਂ ਨੇ ਸਵਾਲ ਖੜਾ ਕਰਤਾ ਇਹ ਲਿਖਿਆ ਹੋਇਆ ਸਰੋਤਾਂ ਦੇ ਵਿੱਚ ਜੀ ਕਿ ਅਸੀਂ ਤਾਂ ਜੀ ਆਪਣੇ ਬੱਚਿਆਂ ਦਾ ਪੱਧਰ ਕਰਦੇ ਹਾਂ ਪੱਧਰ ਕਹਿੰਦੇ ਮੁੰਡਨ ਹੁਣ ਮੁੰਡਨ ਕਹਿਣ ਲੱਗੇ ਪੱਧਰ ਅਸਲੀ ਲਫ਼ਜ਼ ਉਸ ਵੇਲੇ ਦਾ ਜਿਹੜਾ ਪੁਰਾਣੇ ਗ੍ਰੰਥਾਂ ਦੇ ਮੁਤਾਬਕ ਕੰਟੈਂਪਰੇਰੀ ਰਿਸੋਰਸਿਸ ਦੇ ਵਿੱਚ ਜੀ 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 ਤਾਂ ਮਹਾਰਾਜ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ ਵੀ ਜੇ ਤੁਸੀਂ ਕੇਸ ਨਹੀਂ ਰੱਖਣੇ ਚਲੇ ਜਾਓ ਭਾਈ ਵਾਪਸ ਉਹ ਵਾਪਸ ਚਲੇ ਗਏ ਨਿਤਰੇ ਤਾਂ ਪੰਜ ਹੀ ਨਾ ਜੀ ਜੀ ਜਿਹਨਾਂ ਨੇ ਹਰ ਚੀਜ਼ ਔਰ ਇਸੇ ਕਰਕੇ ਜਿਹੜਾ ਅਨੰਦਪੁਰ ਸਾਹਿਬ ਆ ਕੇਸ਼ਗੜ੍ਹ ਸਾਹਿਬ ਬਣ ਗਿਆ ਤੋ ਕੇਸਾਂ ਦੀ ਮਹੱਤਤਾ ਕੇਸਾਂ ਦੇ ਨਾਲ ਤੁਹਾਡੀ ਫਿਜ਼ੀਕਲ ਆਈਡੈਂਟੀ ਡਿਫਾਈਨਡ ਆ ਸਪਿਰਚੁਅਲ ਆਈਡੈਂਟੀ ਤੁਹਾਡੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਈ ਹੈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਪਈ ਹੈ ਤੋ ਉਸ ਦੇ ਵਿੱਚ ਕੋਈ ਕਿਸੇ ਕਿਸਮ ਦੀ ਕਿਸੇ ਜਗ੍ਹਾ ਹੇਮਕੁੰਟ ਦਾ ਕੋਈ ਰੈਫਰੈਂਸ ਨਹੀਂ ਆਉਂਦਾ ਬਜਾਏ ਇਸ ਦੇ
ਜਿਹੜਾ ਇਹ ਗ੍ਰੰਥ ਹੈ ਫੇਕ ਗ੍ਰੰਥ ਆ ਜਿਹੜਾ ਜਿਹੜਾ ਇੰਟਰੋਡਿਊਸ ਕੀਤਾ ਅੰਗਰੇਜ਼ਾਂ ਨੇ ਸ਼ਰੀਕ ਬਣਾ ਕੇ, ਕਿਉਂਕਿ ਉਸ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਆਈਡੈਂਟੀਟੀ ਜਿਹੜੀ ਆ ਉਹ ਰਿਟਨ ਵਰਡ 'ਤੇ ਆ ਜੀ, ਉਹ ਓਰਲ ਟ੍ਰੈਡੀਸ਼ਨ 'ਤੇ ਨਹੀਂ, ਉਹਨੂੰ ਬਦਲ ਨਹੀਂ ਸੀ ਸਕਦੇ ਜੀ ਜੀ ਜੀ, ਗੁਰੂਆਂ ਨੇ ਆਪ ਲਿਖਾਇਆ ਔਰ ਉਹ ਓਰਿਜਨਲ ਰੀਡ ਅਵੇਲੇਬਲ ਆ ਕਰਤਾਰਪੁਰ ਦੇ ਵਿੱਚ ਜਿਹੜੀ ਮਿਲ ਪਈ ਆ, ਸਮਝੇ ਕਿ ਨਾ ਜੀ, ਉਸ ਨੂੰ ਉਸਦੀ ਅਥੈਂਟੀਸਿਟੀ ਉਸਦੀ ਇੰਟੈਗਰਿਟੀ ਉਸਦੀ ਡੇਟਿੰਗ ਐਸਟੈਬਲਿਸ਼ ਹੋ ਚੁੱਕੀ ਹੈ ਹਿਸਟੋਰੀਕਲੀ। ਤੋ ਇਸ ਕਰਕੇ ਉਹਨਾਂ ਨੇ ਇਹ ਕਿਹਾ ਵੀ ਇੱਧਰ ਹੇਮਕੁੰਡ ਦੇ ਲੜ ਲਾ ਦਿਓ, ਉਹਨੂੰ ਹੇਮਕੁੰਡ ਸਾਹਿਬ ਕਹਿਣ ਲੱਗ ਗਏ। ਕਦੋਂ ਤੋਂ ਕਹਿਣ ਲੱਗੇ ਆ, ਇਤਿਹਾਸ ਦੇ ਪੰਨੇ ਖੋਲ੍ਹ ਕੇ ਤਾਂ ਦੇਖ ਲਓ ਜੀ ਜੀ, ਮੈਂ ਅਕਾਲ ਤਖ਼ਤ ਤੁਹਾਡੇ ਰਾਹੀਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਿਹੜੀ ਤੇਰੀ PhD, ਕਿੱਥੋਂ ਕੀਤੀ ਤੂੰ PhD? PhD ਹੁੰਦੀ ਆ ਕਿਸੇ ਸੋਰਸ ਦੇ ਬੇਸ 'ਤੇ, ਕਿਸੇ ਐਵੀਡੈਂਸ ਦੇ ਬੇਸ 'ਤੇ ਜੀ, ਸਮਝੇ ਕਿ ਨਹੀਂ? ਤੂੰ ਕਿਹੜਾ ਐਵੀਡੈਂਸ ਤੂੰ ਦੇ ਰਿਹਾ ਦੁਨੀਆ ਨੂੰ ਆਪਣੇ? ਔਰ ਫਿਰ ਮੈਨੂੰ ਕਿਸੇ ਨੇ ਦੱਸਿਆ ਉਹਨੇ ਕੋਈ ਚਿੱਠੀ ਲਿਖੀ ਆ ਰਿਸਪੈਕਟਡ ਮੋਦੀ ਜੀ ਆ, ਉਹ ਤੂੰ ਆਪਣਾ ਪ੍ਰੋਟੋਕੋਲ ਹੀ ਨਹੀਂ ਸਮਝਦਾ, ਤੂੰ ਸਿੱਖਾਂ ਦੇ ਉਸ ਤਖ਼ਤ 'ਤੇ ਬੈਠਾ ਜਿਹੜਾ ਇਸ ਦੁਨੀਆ 'ਚ ਤਾਂ ਇਸ ਦੁਨੀਆ ਤੋਂ ਬਾਅਦ ਵੀ ਉਹ ਤਖ਼ਤ ਆ, ਉਹ ਸਪਿਰਚੁਅਲ ਬਹੁਤ ਵੱਡੀ ਗੱਲ, ਤੂੰ ਉਸ ਦਾ ਮਤਲਬ ਤਖ਼ਤ 'ਤੇ ਉਹਦਾ ਮਤਲਬ ਸੇਵਾਦਾਰ ਆ, ਤੂੰ ਉਹ ਤੇਰਾ ਪ੍ਰੋਟੋਕਾਲ ਜਿਹੜਾ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ। ਸਾਨੂੰ ਸਮਝਾਇਆ ਜਾਂਦਾ ਯੂਨੀਵਰਸਿਟੀਆਂ 'ਚ ਜਿੱਥੇ ਵੀ ਜੋ ਚਿੱਠੀ ਲਿਖਣੀ ਆ ਆਪਣੇ ਬਰਾਬਰ ਦੇ ਬੰਦੇ ਨੂੰ DR ਲਿਖ ਦੇਣਾ, DR ਫਲਾਣਾ ਫਲਾਣਾ, ਜੋ ਵੀ ਜਿਸ ਤਰੀਕੇ ਰਿਸਪੈਕਟਡ ਲਿਖਣਾ, ਆਪ ਤੋਂ ਕੋਈ ਵੱਡਾ ਬਜ਼ੁਰਗ ਆ, ਸਿਆਣਾ ਬੰਦਾ ਜਾਂ ਆਪ ਤੋਂ ਜ਼ਿਆਦਾ ਵੱਡਾ ਬੰਦਾ, ਇਸ ਤਰ੍ਹਾਂ। ਤੋ ਤੂੰ ਮਤਲਬ ਮੋਦੀ ਨੂੰ ਇਸ ਕਿਸਮ ਦੀ ਪਰਿਭਾਸ਼ਾ ਦੇ ਵਿੱਚ, ਇਸ ਕਿਸਮ ਦੇ ਪ੍ਰੋਟੋਕੋਲ ਦੇ ਵਿੱਚ ਐਡਰੈਸ ਕਰ ਰਿਹਾ, ਬੜੀ ਸ਼ਰਮਨਾਕ ਗੱਲ, ਬੜੀ ਸ਼ਰਮਨਾਕ ਗੱਲ ਆ। ਤੋ ਉਸ ਤੋਂ ਇਲਾਵਾ ਤੂੰ ਉਹਦੇ ਗੁਣਗਾਨ ਕਰ ਰਿਹਾ ਉਸ ਗੱਲ ਲਈ ਜਿਹੜੀ ਗੱਲ ਦੇ ਵਿੱਚ ਬੜੀ ਵੱਡੀ ਚਲਾਕੀ ਅਤੇ ਹੁਸ਼ਿਆਰੀ ਅਤੇ ਬੇਈਮਾਨੀ 'ਚ ਵੀ ਹੋਈ ਹੈ, ਸਮਝੇ ਕਿ ਨਹੀਂ? ਤੂੰ ਕਹਿ 1200 ਕਰੋੜ ਰੁਪਈਆ ਲਾਵੇ, ਕਿੰਨੀ ਮੇਰੀ ਗੱਲ ਚੱਲੀ ਆ ਵੀ ਬੱਸ ਅੱਡੇ ਤੋਂ GT Road ਤੋਂ ਓਵਰਬ੍ਰਿਜ ਬਣਾ ਕੇ ਸਿੱਧਾ ਦਰਬਾਰ ਸਾਹਿਬ ਦੇ ਵਿੱਚ ਪਹੁੰਚਾ ਦਿਓ, ਔਰ ਉਹ ਤਾਂ ਬਹੁਤ ਛੋਟੀ ਅਮਾਊਂਟ ਲੱਗੇਗੀ ਮੇਰੇ ਹਿਸਾਬ 'ਚ ਤਾਂ, ਤੋ ਉਹ ਤਾਂ ਕਰ ਨਹੀਂ ਰਹੇ, ਉੱਥੇ ਤਾਂ 5 ਪੈਸੇ ਲੱਗਦੇ ਨਹੀਂ ਮੋਦੀ ਸਾਹਿਬ ਤੋਂ, ਇੱਥੇ 1200 ਕਰੋੜ ਰੁਪਈਆ ਜਿਹੜਾ ਮੁਲਕ ਭੁੱਖਮਰੀ ਦੀ ਕੰਗਾਰ ਦੇ ਉੱਤੇ 107ਵੇਂ ਨੰਬਰ 'ਤੇ ਦੁਨੀਆ ਦੇ ਵਿੱਚ, ਪਾਕਿਸਤਾਨ ਤੋਂ ਵੀ ਨੀਚੇ ਆ, ਨੇਪਾਲ ਤੋਂ ਵੀ ਨੀਚੇ, ਬੰਗਲਾਦੇਸ਼ ਤੋਂ ਵੀ ਨੀਚੇ, ਇੱਕੋ ਹੀ ਮੁਲਕ ਆ ਏਸ਼ੀਆ ਦਾ ਜਿਹੜਾ ਇਹ ਭੁੱਖਮਰੀ 'ਚ ਇਹਨਾਂ ਤੋਂ ਜ਼ਿਆਦਾ, ਉਹ ਅਫਗਾਨਿਸਤਾਨ ਜੀ, ਤੋ ਭੁੱਖਮਰੀ ਪਈ ਵੀ ਆ। ਅਤੇ ਤੂੰ ਰੋਪਵੇ 'ਤੇ 1200 ਕਰੋੜ ਰੁਪਈਏ ਦਾ, ਗੁਰੂ ਤਾਂ ਇਸ ਤਰ੍ਹਾਂ ਕਰਦਾ ਨਹੀਂ ਸੀ, ਗੁਰੂ ਦੇ ਕੋਲ ਤਾਂ ਜਿਹੜੇ 20 ਰੁਪਈਏ ਸੀ ਉਹ ਵੀ ਲੰਗਰ, ਉਹ ਵੀ ਗਰੀਬਾਂ ਨੂੰ ਭੁੱਖਿਆਂ ਨੂੰ ਦੇਤੇ, ਜਿਹੜੇ ਬਾਕੀ ਬੱਚੇ ਉਹ ਕਹਿੰਦੇ ਮਹਾਰਾਜ ਹਾਲੇ, ਉਹ ਕਹਿੰਦੇ ਨਹੀਂ ਫਿਰ ਤੁਹਾਡੇ ਕੰਮ ਹੋ, ਉਹਨੇ ਤਾਂ ਮਤਲਬ ਗੁਰੂ ਨੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਨਾ, ਆਪ ਵੀ ਨਹੀਂ ਰੱਖਿਆ, ਆਪਣਾ ਆਪ ਹੀ ਨਹੀਂ ਰੱਖਿਆ, ਬੱਚੇ ਵੀ ਨਹੀਂ, ਤਾਂ ਉਹੀ ਵਪਾਰ ਆ। ਤੋ ਮੇਰਾ ਮਤਲਬ ਕਹਿਣ ਦਾ ਇਹ ਆ, ਇਹ ਬਹੁਤ ਵੱਡੀ ਚਲਾਕੀ, ਬਹੁਤ ਵੱਡੀ ਬੇਈਮਾਨੀ ਮੈਂ ਕਹੂੰਗਾ ਜੀ, ਔਰ ਸਾਡੇ ਜਿਹੜੇ ਸੋ ਕਾਲਡ ਮਤਲਬ ਜਿਹੜੇ, ਮੈਂ ਉਹਨਾਂ ਨੂੰ ਸਿੱਖੇ ਨਹੀਂ ਮੰਨਦਾ, ਉਹ ਕਿਉਂਕਿ ਸਿੱਖੀ ਨਾਲ ਵਾਵਸਥਾ ਹੀ ਨਹੀਂ, ਉਹ ਸਿੱਖੀ ਦੀ ਸਪਿਰਿਟ ਨੂੰ ਉਹ ਸਮਝਦੇ ਨਹੀਂ, ਨਾ ਸਿੱਖੀ 'ਚ ਤਪ ਹੈ, ਨਾ ਸਿੱਖੀ ਦੇ 'ਚ ਪਹਾੜਾਂ ਦੀਆਂ ਕੁੰਦਰਾਂ 'ਚ ਬੈਠਣ ਦੀ ਇਜਾਜ਼ਤ, ਜੋ ਤੁਹਾਡੇ ਕਿਰਪਾਨ ਪਾ ਲਈ ਗੜ ਦੇ ਵਿੱਚ, ਕਿਰਪਾਨ ਪਾ ਕੇ ਤਾਂ ਤੁਸੀਂ ਤਪੱਸਿਆ, ਜਦੋਂ ਬੰਦਾ ਫੌਜ 'ਚ ਭਰਤੀ ਹੋ ਗਿਆ, ਉਹ ਸਟਰਗਲ ਹੈ, ਤਪੱਸਿਆ ਥੋੜ੍ਹੀ ਕਰੇਗਾ, ਸਿੰਬਲ ਸਟਰਗਲ ਹੈ, ਇਨਸਿਗਨੀਆ ਹੈ, ਖਾਲਸਾ ਕਾਲ ਪੁਰਖ ਕੀ ਫੌਜ ਕਿਹਾ ਜਾਂਦਾ ਹੈ, ਹਾਂ ਅਸੀਂ ਕਹਿੰਦੇ ਹਾਂ ਨਿਓਟਿਆਂ ਦੀ ਓਟ, ਨਿਆਸਰਿਆਂ ਦਾ ਆਸਰ, ਸਾਡੀ ਅਰਦਾਸ ਹੈ ਮਹਾਰਾਜ ਜੀ ਦਿੱਤੀ ਵੀ। ਤੋ ਖਾਲਸਾ ਜਿਹੜਾ ਹੈ ਉਹ ਫੁਲਫਿਲਮੈਂਟ ਹੈ ਜੀ, ਜੀ ਗੁਰੂ ਨਾਨਕ ਦੇ ਵਿਜ਼ਨ ਦੀ, ਗੁਰੂ ਨਾਨਕ ਦੀ ਆਈਡੀਆਲੋਜੀ, ਗੁਰੂ ਨਾਨਕ ਦੇ ਥੋਟ ਦੀ। ਤੋ ਉਸ ਦੇ ਵਿੱਚ ਇਸ ਕਿਸਮ ਦੀਆਂ ਇਹ ਕੁਰੀਤੀਆਂ ਜਿਹੜੀਆਂ ਆ, ਹੁਣ ਹੇਮਕੁੰਟ ਦੀ ਤੁਸੀਂ ਐਵੇਂ ਕਹੋ 1935 'ਚ ਪਈ ਹੈ, 1935 ਤੋਂ ਪਹਿਲਾਂ ਮੈਨੂੰ ਦੱਸ ਦਿਓ ਹੇਮਕੁੰਟ ਕਿੱਥੇ ਸੀਗਾ। ਉਹ ਭਾਈ ਵੀਰ ਸਿੰਘ ਨੇ ਮਤਲਬ ਇਸ ਕਿਸਮ ਦੀ ਕਹਾਣੀ ਰਚ ਕੇ, ਉਹ ਵੀ ਦਸਮ ਗ੍ਰੰਥੋਂ ਕੱਢ ਕੇ ਉਹਨੇ ਬਣਾ ਤੀ, ਔਰ ਉਹਦੇ 'ਚ ਮਗਰ ਲੱਗ ਗਏ ਲੋਕ, ਬੱਸਾਂ ਭਰ ਕੇ ਉੱਥੇ ਪਿਕਨਿਕਾਂ ਮਨਾਉਂਦੇ ਆ, ਉੱਥੇ ਮਰਦੇ ਆ, ਗਿਰਦੇ ਆ ਖੁੱਡਾਂ ਦੇ ਵਿੱਚ, ਔਰ ਉਹਨਾਂ ਨੂੰ ਉੱਥੇ ਪਹਾੜੀ ਜਿਹੜੇ ਲੋਕ ਆ ਉਹ ਲੁੱਟਦੇ ਆ, ਸਮਝੇ ਕਿ ਨਹੀਂ? ਤੋ ਇਸ ਕਿਸਮ ਦੀ ਇੱਕ ਬਹੁਤ ਵੱਡੀ ਮੈਂ ਸਮਝਦਾ ਕੌਨਸਪੀਰੇਸੀ ਆ, ਇਸ ਕੌਨਸਪੀਰੇਸੀ ਨੂੰ ਅਨਫੋਲਡ ਕਰਨਾ ਚਾਹੀਦਾ, ਸਿੱਖ ਲੀਡਰਾਂ ਨੂੰ ਵੀ, ਸਿੱਖ ਚਿੰਤਕਾਂ ਨੂੰ ਵੀ, ਸਿੱਖ ਜਿਹੜੇ ਵਿਚਾਰਵਾਨ ਆ ਉਹਨਾਂ ਨੂੰ ਵੀ, ਕਿਉਂਕਿ ਸਿੱਖਾਂ ਦੇ ਇਸ ਵੇਲੇ ਜਿਹੜੀ ਲੀਡਰਸ਼ਿਪ ਆ ਉਹਦਾ ਬਹੁਤ ਵੱਡਾ ਵੈਕਿਊਮ ਆ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵਡਮੁੱਲੀ ਜਾਣਕਾਰੀ ਦਿੱਤੀ ਹੈ। ਫੈਸਲਾ ਸੰਗਤ ਨੇ ਕਰਨਾ, ਦਰਸ਼ਕਾਂ ਨੇ ਕਰਨਾ, ਕਿਉਂਕਿ ਜੋ ਕੁਛ ਵੀ ਰੈਫਰੈਂਸ ਜਾਂ ਤੱਥ ਚਾਹੀਦੇ ਹੁੰਦੇ ਆ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜਿਹੜੀਆਂ ਲਾਇਬ੍ਰੇਰੀਆਂ ਨੇ ਉੱਥੇ ਮੌਜੂਦ ਨੇ ਇਤਿਹਾਸ ਨਾਲ ਸੰਬੰਧਿਤ, ਤੁਸੀਂ ਜਾ ਕੇ ਖੁਦ ਪੜ੍ਹ ਕੇ ਨਿਰਣਾ ਕਰ ਸਕਦੇ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ
हर थां ते तुहाडे नेड़े तो नेड़े भी गुरु ग्रंथ साहिब जी का प्रकाश हुंदा, तुसीं खुद भी जाके पढ़ सकते हो। जिहड़े स्टीक ने प्रोफेसर साहब सिंह हुणां दे, वह भी बड़े सस्ते घट रेट के उपर अवेलेबल ने, तुसीं खुद पढ़ के निर्णय कर सकते हो कि गुरु साहिब तप बारे, पिछले जन्मां बारे, जां वह इहो जिहे जिहड़े पहाड़ां दे उपर बैठ के जो भी कहानियां बनियां ने उहदे बारे गुरु साहिब, गुरु ग्रंथ साहिब की बाणी की कहिंदी है, तुसीं खुद पढ़ो, खुद फैसले करो, ते सानू दिओ इजाज़त। धन्नवाद जी।